ਪੂਰੀ ਦੁਨੀਆ ਅੰਦਰ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਔਖੀ ਘੜੀ ਵਿੱਚ ਬਾਂਹ ਫੜਦਿਆਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਰਾਹੀਂ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ 40 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਜੋ ਸਾਰੀ ਦੁਨੀਆ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ, ਜਿੱਥੇ ਸਰਕਾਰਾਂ, ਡਿਸਟ੍ਰਿਕਟ ਪ੍ਰਸ਼ਾਸਨ, ਪੁਲਿਸ ਡਿਪਾਰਟਮੈਂਟ, ਡਾਕਟਰ ਸਾਹਿਬਾਨ ਦਿਨ ਰਾਤ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ, ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਨੂੰ ਪੂਰਨ ਤੌਰ 'ਤੇ ਮੰਨੀਏ। ਕੋਸ਼ਿਸ਼ ਕਰੀਏ ਕਿ ਅਸੀਂ ਘਰਾਂ ਵਿੱਚ ਹੀ ਰਹੀਏ, ਕੋਈ ਬਹੁਤ ਹੀ ਐਮਰਜੈਂਸੀ ਹੈ ਤਾਂ ਘਰੋਂ ਬਾਹਰ ਨਿਕਲੀਏ। ਇਸ ਤੋਂ ਇਲਾਵਾ ਜਿਹੜੇ ਸਾਡੇ ਹੱਥ ਨੇ, ਅਸੀਂ ਸਾਬਣ ਨਾਲ ਵਾਰ ਵਾਰ ਧੋਈਏ, ਔਰ ਕੋਸ਼ਿਸ਼ ਕਰੀਏ ਕਿ ਸਾਡੇ ਹੱਥ ਜਿਹੜੇ ਨੇ ਸਾਡੇ ਨੱਕ, ਅੱਖਾਂ, ਮੂੰਹ ਨੂੰ ਨਾ ਲੱਗਣ। ਸਰਵੇ ਦੇ ਪਹਿਲਾਂ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਅਸੀਂ ਮੈਡੀਕਲ ਇਕਿਉਪਮੈਂਟ, ਵੈਂਟੀਲੇਟਰ ਵਗੈਰਾ, ਹੋਰ ਕਾਫੀ ਸਮਾਨ ਜਿਹੜਾ ਸਿਵਲ ਹੋਸਪਿਟਲ 'ਚ ਹੋਸਪਿਟਲਾਂ 'ਚ ਦੇ ਰਹੇ ਹਾਂ, ਨਾਲ ਦੀ ਨਾਲ ਇਹ ਦੇਖਣ 'ਚ ਆਇਆ ਸੀ ਕਿ ਜਿਹੜਾ ਦਿਹਾੜੀਦਾਰ ਬੰਦਾ, ਸੋ ਉਹਦੀ ਤਾਂ ਬਿਲਕੁਲ ਰੁਜ਼ਗਾਰ ਹੀ ਖਤਮ ਹੋ ਗਿਆ ਉਹਦਾ, ਕਿਉਂਕਿ ਜੋ ਸਵੇਰੇ ਕਮਾਉਂਦਾ ਸੀ ਉਹੀ ਸਾਰੇ ਦਿਨ 'ਚ ਆਪਣੇ ਘਰ ਦਾ ਪੇਟ ਪਾਲਦਾ ਸੀ। ਸੋ ਅੱਜ ਟਾਈਮ ਆ ਗਿਆ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਦਸਵੰਧ ਕੱਢੋ, ਔਰ ਤੁਹਾਡਾ ਜੋ ਦਸਵੰਧ ਹੈ ਉਹ ਕਿਸੇ ਗਰੀਬ ਦੇ, ਕਿਸੇ ਲੋੜਵੰਦ ਦੇ ਮੂੰਹ ਵਿੱਚ ਜਾਣਾ ਚਾਹੀਦਾ। ਅੱਜ ਡਿਸਟ੍ਰਿਕਟ ਪ੍ਰਸ਼ਾਸਨ ਵਗੈਰਾ ਸਰਕਾਰ ਨਾਲ ਮਿਲ ਕੇ ਕਾਫੀ ਲੋਕਾਂ ਦੇ ਰਾਸ਼ਨ ਪਾਣੀ ਦੇ ਰਹੇ ਨੇ, ਉਹਨਾਂ ਨੂੰ ਘਰਾਂ ਤੱਕ ਪਹੁੰਚਾ ਰਹੇ ਨੇ, ਸਾਡਾ ਵੀ ਫਰਜ਼ ਬਣਦਾ। ਸੋ ਸਰਵੇ ਦੇ ਪਹਿਲਾਂ ਚੈਰੀਟੇਬਲ ਟਰੱਸਟ ਵੱਲੋਂ ਇੱਕ ਬਜਟ ਪਾਸ ਕੀਤਾ ਗਿਆ ਕਿ ਪਹਿਲੇ ਦੌਰ 'ਚ 40 ਲੱਖ ਰੁਪਏ ਜਿਹੜਾ ਅਸੀਂ ਹੈ, ਸਾਡੇ 22 ਡਿਸਟ੍ਰਿਕਟ ਪੰਜਾਬ ਦੇ ਅਤੇ 4 ਸਾਡੇ ਪੁਲਿਸ ਡਿਸਟ੍ਰਿਕਟ ਹੈ, ਇੱਥੇ 1.5 ਲੱਖ ਰੁਪਏ ਜਿਹੜਾ DC ਸਾਹਿਬਾਨ ਅਤੇ ਪੁਲਿਸ ਡਿਪਾਰਟਮੈਂਟ ਨਾਲ ਮਿਲ ਕੇ, SSP ਸਾਹਿਬ ਨਾਲ ਮਿਲ ਕੇ, ਸਾਡੇ ਹਰ ਡਿਸਟ੍ਰਿਕਟ 25-30 ਜੋ ਸਾਡੇ ਮੈਂਬਰ ਸਾਹਿਬਾਨ ਨੇ, ਉਹ ਰਲ ਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿੱਥੋਂ ਤੱਕ ਹੋ ਸਕੇ ਲੋੜਵੰਦ ਦੇ ਘਰ ਰਾਸ਼ਨ ਸਾਰਾ ਪਹੁੰਚਾਈਏ। ਇਹ ਜਿੰਨਾ ਪੈਸਾ ਅਸੀਂ ਦੇ ਰਹੇ ਹਾਂ ਸਿਰਫ ਰਾਸ਼ਨ 'ਤੇ ਹੀ ਖਰਚ ਕੀਤਾ ਜਾਏਗਾ।